ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀ ਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ, ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ, ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟ, ਬੱਚਿਆਂ ਦੇ ਸਵੈਟਰ, ਜੈਂਟ ਸਵੈਟਰ ਕਿਸੇ 'ਤੇ ਵੀ ਇਹਨੂੰ ਅਪਲਾਈ ਕਰ ਸਕਦੇ ਹੋ। ਬਣ ਕੇ ਬਹੁਤ ਪਿਆਰਾ ਲੱਗਦਾ ਅਤੇ ਬਣਾਉਣ 'ਚ ਵੀ ਫਰੈਂਡਸ ਇਹ ਡਿਜ਼ਾਈਨ ਬਹੁਤ ਆਸਾਨ ਹੈ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈਣੇ ਹੈ ਅਤੇ 3 ਕੁੰਡੇ ਐਕਸਟਰਾ ਲੈਣੇ ਹੈ। 4 ਸਿਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। 4 ਸਿਲਾਈਆਂ ਬਾਅਦ ਆਪਣਾ ਇਹ ਡਿਜ਼ਾਈਨ ਚੇਂਜ ਹੋ ਜਾਂਦਾ, 8 ਸਿਲਾਈਆਂ 'ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੁੰਦਾ। ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਫਰੈਂਡਸ, ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈੱਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਜੀ। ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੀ ਸਾਈਡ ਤੋਂ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ, ਧਾਗਾ ਆਪਣੇ ਵੱਲ ਕੀਤਾ, ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕੀਤਾ, 3 ਕੁੰਡੇ ਸਿੱਧੇ, 1, 2, 3। ਫਰੈਂਡਸ, ਇਹ 4 ਕੁੰਡਿਆਂ ਨੂੰ ਆਪਾਂ ਪੂਰੀ ਸਿਲਾਈ 'ਚ ਰਿਪੀਟ ਕਰਨਾ। 1 ਕੁੰਡਾ ਉਲਟਾ, 3 ਕੁੰਡੇ ਸਿੱਧੇ। ਡਿਜ਼ਾਈਨ ਦੀ ਪਹਿਲੀ ਸਿਲਾਈ ਪੂਰੀ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। 1 ਕੁੰਡਾ ਉਲਟਾ, 3 ਕੁੰਡੇ ਸਿੱਧੇ, 1, 2, 3। ਧਾਗਾ ਆਪਣੇ ਵੱਲ ਕੀਤਾ, 1 ਕੁੰਡਾ ਉਲਟਾ, ਲਾਸਟ ਵਾਲਾ ਕੁੰਡਾ ਸਿੱਧਾ। ਡਿਜ਼ਾਈਨ ਦੀ ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਫਰੈਂਡਸ, ਦੂਸਰੀ ਸਿਲਾਈ ਉਲਟਿਆਂ 'ਤੇ ਉਲਟੇ ਅਤੇ ਸਿੱਧਿਆਂ 'ਤੇ ਸਿੱਧੇ ਪਾਵਾਂਗੇ। 1 ਕੁੰਡਾ ਸਿੱਧਾ, ਧਾਗਾ ਆਪਣੇ ਵੱਲ ਕੀਤਾ, 3 ਕੁੰਡੇ ਉਲਟੇ। ਡਿਜ਼ਾਈਨ ਦੀ ਦੂਸਰੀ ਸਿਲਾਈ ਸਿੱਧਿਆਂ 'ਤੇ ਸਿੱਧੇ ਅਤੇ ਉਲਟਿਆਂ 'ਤੇ ਉਲਟੇ ਪਾ ਕੇ ਕੰਪਲੀਟ ਕਰਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੇ ਵੱਲ ਕੀਤਾ, 3 ਕੁੰਡੇ ਉਲਟੇ, ਧਾਗਾ ਪਿੱਛੇ ਕੀਤਾ, 1 ਕੁੰਡਾ ਸਿੱਧਾ, ਧਾਗਾ ਆਪਣੇ ਵੱਲ ਕੀਤਾ, 1 ਕੁੰਡਾ ਉਲਟਾ। ਡਿਜ਼ਾਈਨ ਦੀ ਤੀਸਰੀ ਸਿਲਾਈ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ, ਧਾਗਾ ਆਪਣੇ ਵੱਲ ਕੀਤਾ, 1 ਕੁੰਡਾ ਉਲਟਾ। ਹੁਣ ਫਰੈਂਡਸ, ਜਿਹੜੇ ਆਪਣੇ ਇਹ 3 ਕੁੰਡੇ ਹੈ, ਜਿਹੜਾ ਇਹ ਵਿੱਚ ਵਾਲਾ ਕੁੰਡਾ, ਇਹਨੂੰ ਆਪਾਂ ਇਸ ਤਰ੍ਹਾਂ ਅੱਗੇ ਲੈ ਕੇ ਆਵਾਂਗੇ ਅਤੇ ਜਿਹੜੇ ਇਹ 3 ਕੁੰਡੇ ਹੈ, 3 ਕੁੰਡਿਆਂ ਦਾ ਉਲਟੀ ਸਾਈਡ ਤੋਂ 3 ਕੁੰਡਿਆਂ ਦਾ 1 ਕੁੰਡਾ ਕਰ ਦਾਂਗੇ। ਪੂਰੀ ਸਿਲਾਈ ਫਰੈਂਡਸ, ਜਿਹੜੀ ਡਿਜ਼ਾਈਨ ਦੀ ਤੀਸਰੀ ਸਿਲਾਈ, ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। ਧਾਗਾ ਆਪਣੇ ਵੱਲ ਕੀਤਾ, 1 ਕੁੰਡਾ ਉਲਟਾ, ਧਾਗਾ ਪਿੱਛੇ ਕੀਤਾ, ਜਿਹੜੇ ਇਹ 3 ਕੁੰਡੇ ਹੈ, ਜਿਹੜਾ ਵਿੱਚ ਵਾਲਾ ਕੁੰਡਾ, ਇਹਨੂੰ ਆਪਾਂ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ। ਫਿਰ ਇਹ ਜਿਹੜੇ 3 ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ 3 ਕੁੰਡਿਆਂ ਦਾ 1 ਕੁੰਡਾ ਕਰ ਦੇਣਾ। ਪੂਰੀ ਸਿਲਾਈ ਫਰੈਂਡਸ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। ਜਿਹੜਾ ਵਿੱਚ ਵਾਲਾ ਕੁੰਡਾ, ਇਹਨੂੰ ਅੱਗੇ ਲੈ ਕੇ ਆਵਾਂਗੇ ਅਤੇ ਫਿਰ 3 ਕੁੰਡਿਆਂ ਨੂੰ ਇਕੱਠੇ ਲੈ ਕੇ ਉਲਟੀ ਸਾਈਡ ਤੋਂ 3 ਕੁੰਡਿਆਂ ਦਾ 1 ਕੁੰਡਾ ਕਰ ਦੇਣਾ। ਡਿਜ਼ਾਈਨ ਦੀ ਤੀਸਰੀ ਸਿਲਾਈ ਬਣ ਕੇ ਕੰਪਲੀਟ ਹੈ। ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਿਲਾਈ 'ਤੇ ਹਾਂ। ਡਿਜ਼ਾਈਨ ਦੀ ਚੌਥੀ ਸਿਲਾਈ ਫਰੈਂਡਸ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲਿਆ। ਹੁਣ ਜਿਹੜਾ ਇਹ ਸਿੱਧਾ ਕੁੰਡਾ, ਇਹ ਕੁੰਡੇ ਦੇ ਆਪਾਂ ਇੱਥੇ 3 ਕੁੰਡੇ ਬਣਾਵਾਂਗੇ। ਇੱਕ ਵਾਰੀ ਇਹਨੂੰ ਉਲਟਾ ਬੁਣ ਲਿਆ, ਫਿਰ 1 ਵਲ ਪਾਇਆ, ਫਿਰ ਇਹਨੂੰ 1 ਵਾਰੀ ਇਸ ਤਰ੍ਹਾਂ ਉਲਟਾ ਬੁਣ ਲੈਣਾ। ਜਿਹੜੇ ਆਪਣੇ ਇਹ 3 ਕੁੰਡੇ, ਇੱਥੇ 2 ਕੁੰਡੇ ਘਟੇ ਸੀ, ਉਹ ਆਪਣੇ ਜਿਹੜੇ 2 ਕੁੰਡੇ ਹੈ ਵੱਧ ਗਏ ਹੈ। ਫਿਰ ਧਾਗਾ ਪਿੱਛੇ ਕੀਤਾ, 1 ਕੁੰਡਾ ਸਿੱਧਾ। ਤੀਸਰੀ ਸਿਲਾਈ 'ਤੇ ਫਰੈਂਡਸ ਆਪਣੇ ਜਿਹੜੇ ਕੁੰਡੇ ਹੈ, 2 ਕੁੰਡੇ ਘਟੇ ਸੀ, ਅਤੇ ਚੌਥੀ ਸਿਲਾਈ 'ਤੇ ਆਪਣੇ ਜਿਹੜੇ 2 ਕੁੰਡੇ ਹੈ, ਉਹ ਵੱਧ ਜਾਣੇ ਹੈ, ਕੁੰਡੇ ਆਪਣੇ ਬਰਾਬਰ ਹੋ ਜਾਣੇ ਹੈ।
जिहड़ा सीधा कुंडा उहदे ते आपां एक कुंडे दे तीन कुंडे बनावांगे, अगला एक कुंडा सीधा धागा अपने वाल कीता। एक बार इस तरह उल्टा बुन लेना, फिर एक वल पाया, फिर इहनूं एक बार उल्टा बुन लाँगे। एक कुंडे दे अपने तीन कुंडे बन जाणगे, अगला कुंडा सीधा। लास्ट वाला कुंडा उल्टा बुन लिया, पहला कुंडा बिना बुने उतार लांगे। एक दो तीन, तीन कुंडे सीधे। ये डिज़ाइन की पंजवीं सिलाई है। देखो फ्रेंड्स, हुण अपना जिहड़ा डिज़ाइन है चेंज हो गया। एक दो तीन, तीन कुंडे सीधे, एक कुंडा उल्टा। एक दो तीन, तीन कुंडे सीधे, एक कुंडा उल्टा। देखो फ्रेंड्स, जो आप डिज़ाइन शुरू किया सी उदो अपना एक कुंडा इत्थे उल्टा आया सी, हुण अपने इत्थे तीन कुंडे सीधे ते जिहड़ा उल्टा कुंडा इत्थे आ गया। हुण आपां डिज़ाइन की छेवीं सिलाई ते आ। पहला कुंडा बिना बुने उतार लेना, अगले तीन कुंडे उल्टे, एक कुंडा सीधा। फ्रेंड्स, बहुत सौखा डिज़ाइन है पर बन के डिज़ाइन बहुत प्यारा लगता है। लास्ट वाले कुंडे भी आप उल्टा बुन लेंगे। छे सिलाइया डिज़ाइन दिया बन के अपनिया कंप्लीट है। हुण आप डिज़ाइन की सत्तवीं सिलाई ते हाँ। पहला कुंडा बिना बुने उतार लेना, हुण इस तरह ही है जिहड़ा दूसरा कुंडा इहनूं आप अगे ले आना ते तीन कुंडिया का उल्टी साइड तो एक कुंडा कर देंगे। धागा अपने वाल कीता, एक कुंडा उल्टा, धागा पिछे कीता। फ्रेंड्स, ये चार कुंडिया नूं आपां पूरी सिलाई च रिपीट करना। तीन कुंडिया का एक कुंडा करता, फिर अगला कुंडा उल्टा। हुण फ्रेंड्स, फिर अपना उल्टी सिलाई च अपने जिहड़े कुंडे है वह वजणगे। इस सिलाई च अपने कुंडे घट गए सी। पहला कुंडा बिना बुने उतार लिया, धागा पिछे कीता, कुंडा सीधा। जिहड़ा ये सीधा कुंडा इहदे कुंडे ते आपां तीन कुंडे बनावांगे। एक वारी कुंडे नूं उल्टा बुन लिया, फिर एक वल पाया, फिर एक वारी उल्टा बुन लिया। एक कुंडा सीधा, जिहड़ा सीधा कुंडा उहदे अपने कुंडे बन जाने हैं। एक कुंडे दे अपने तीन कुंडे बन जाणगे।
देखो फ्रेंड्स, जो आप 8 सिलाइया बार बार रिपीट करांगे तो अपना डिज़ाइन बन के देखो कितना प्यारा लगता है। देखो फ्रेंड्स कितना प्यारा डिज़ाइन है, तुसी इहनू एक बार ट्राई जरूर करना। मेरी वीडियो देखने लई तुहाडा बहुत बहुत धन्यवाद।